ਮੇਰੀ ਸਰਕਾਰ ਪਤਾ ਕਿਹਨਾਂ ਦੇ ਬੱਚੇ ਆ, ਕਿਹਨਾਂ ਦੀ ਅੰਸ਼ਵੰਸ਼ ਹੈ। ਗੁਰੂ ਨਾਨਕ ਪਾਤਸ਼ਾਹ ਜੀ ਦੇ ਤੀਜੇ ਸਰੂਪ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ। ਉਹਨਾਂ ਨੇ ਕੈਸੀ ਸੇਵ ਕਮਾਈ ਆ, ਇੰਨੀ ਇੱਕ ਅੰਸ਼ ਤਾਂ ਦੂਜਿਆਂ 'ਚ ਵੀ ਚਲੀ ਜਾਂਦੀ ਆ। ਪਰ ਇਹ ਤਾਂ ਬਹੁਤ ਬਾਬਾ ਮੁਰਾਦ ਸ਼ਾਹ ਜੀ ਨੇ ਕਿਹਾ ਕਿ ਅਸੀਂ ਜੇ ਦੋ ਗੁਣਾ ਕੀਤੀ ਹੈ ਇਹਨੇ ਚੌਗਣੀ ਕਰਕੇ ਦਿਖਾਉਣੀ ਹੈ। ਸਾਈਂ ਜੀ ਨੂੰ ਕਹਿੰਦੇ ਸੀ, ਸਾਈਂ ਜੀ ਨੂੰ ਕਹਿੰਦੇ ਸੀ ਕਿਤਾਬਾਂ ਆ ਖੂਹੀ ਦੇ ਵਿੱਚ ਸਿੱਟਤੀਆਂ ਸੀ ਕਿਤਾਬਾਂ, ਕਹਿੰਦਾ ਅੱਜ ਤੋਂ ਬਾਅਦ ਨਹੀਂ ਪੜ੍ਹਨਾ, ਖੂਹੀ ਸਿੱਟਦੀ ਟਕਾ ਕੇ ਦੋ ਚਪੇੜਾਂ ਮਾਰੀਆਂ ਕਿੱਧਰ, ਕਹਿੰਦਾ ਇੱਕ ਹੋਰ ਮਾਰੋ। ਕਹਿੰਦਾ ਕਿਉਂ? ਕਹਿੰਦਾ ਫਕੀਰ ਜੀ ਪੜ੍ਹੇ ਤੋਂ ਬਿਨਾਂ ਨਹੀਂ ਹੁੰਦੀ, ਪੜ੍ਹੇ ਬਿਨਾਂ। ਇਸੇ ਕਰਕੇ ਸਾਰੀਆਂ ਭਾਸ਼ਾ ਜਾਣਦੇ ਸੀ, ਸਾਰੀਆਂ ਭਾਸ਼ਾ ਬੋਲ ਲੈਂਦੇ ਸੀ, ਗੂੰਗੇ ਦੀ ਭਾਸ਼ਾ ਵੀ ਜਾਣ ਲੈਂਦੇ ਸੀ, ਜਿਹੜੀ ਇਸ਼ਾਰਿਆਂ ਦੀ ਭਾਸ਼ਾ ਜਿਹਨੂੰ ਦਿਸਦਾ ਨਹੀਂ ਉਹਨੂੰ ਵੀ ਅੰਦਰ ਦੀ ਆਵਾਜ਼ ਪੜ੍ਹ ਲੈਂਦੇ ਆ। ਐਵੇਂ ਨਹੀਂ, ਇਹ ਚਕਸ਼ੂ ਹੈ ਜਿਹਨੂੰ ਦਿਵ ਦ੍ਰਿਸ਼ਟੀ ਕਹਿੰਦੇ, ਜਿਹਨੇ ਅੰਦਰੋਂ ਦੇਖ ਲਿਆ। ਸਾਈਂ ਜੀ ਕਹਿੰਦੇ ਸੀ ਨਾ ਇੱਕ ਵਾਰੀ ਡਾਕਟਰ ਸਾਡੇ ਇੱਥੇ ਚੈੱਕ ਕਰਾਉਣ ਆ ਗਿਆ, ਚੈੱਕ ਕਰਨ ਆ ਗਿਆ, ਅੱਖ ਚੈੱਕ ਕਰਨ ਆ ਗਿਆ, ਕਹਿੰਦੇ ਅੰਦਰੋਂ ਆਵਾਜ਼ ਆਈ ਆਪਣੀਆਂ ਮਸ਼ੀਨਾਂ ਬਾਹਰ ਲੈ ਜਾਓ ਚੱਕ ਕੇ। ਕਹਿੰਦਾ ਅੱਖ ਯਾਰ ਦੀ ਹੈ, ਉਹਦੀ ਮਰਜ਼ੀ ਦੇਖਣ ਦੇਵੇ, ਨਹੀਂ ਤਾਂ ਤੈਨੂੰ ਅੰਦਰੋਂ ਹੀ ਦੇਖਣ ਦੇਵੇ। ਕਹਿੰਦਾ ਦੁਨੀਆਂ ਕਹਿੰਦੀ ਸੀ ਅੰਬ ਦੀ ਥਾਂ ਅੰਬ ਦਾ ਬੂਟਾ ਨਹੀਂ ਲੱਗਦਾ, ਆ ਲੱਗਿਆ ਨਾ ਅੰਬ ਦਾ ਬੂਟਾ। ਇਹ ਸੱਚੀ ਗੱਲ ਹੈ, ਜਿੱਥੇ ਅੰਬ ਦਾ ਬੂਟਾ ਲੱਗਿਆ ਹੋਵੇ, ਸਿਆਣਿਆਂ ਦੀਆਂ ਰਿਸਰਚਾਂ ਹੈ, ਸਿਆਣਿਆਂ ਦੀਆਂ ਸੱਚੀਆਂ ਗੱਲਾਂ ਹੈ ਕਿ ਜਿੱਥੇ ਅੰਬ ਦਾ ਬੂਟਾ ਲੱਗੇ ਹੋਵੇ ਦੁਬਾਰਾ ਉੱਥੇ ਅੰਬ ਲਾਉਣਾ ਹੀ ਨਹੀਂ ਚਾਹੀਦਾ, ਮਗਰ ਉੱਥੇ ਹੀ ਅੰਬ ਲੱਗਿਆ, ਉਸੇ ਘਰ ਦੇ ਵਿੱਚੋਂ ਲੱਗਿਆ, ਉਸੇ ਅੰਸ਼ ਵੰਸ਼ ਦੇ ਵਿੱਚੋਂ ਲੱਗਿਆ। ਭੱਲਿਆਂ ਨੂੰ ਸਤਿਕਾਰ ਬਾਬਾ ਜੀ, ਭੱਲੇ ਅਮਰਦਾਸ ਗੁਣ ਤੇ ਹੋਰੀ ਮਹਿਮਾ ਤੋਹੇ ਪਾਣਾ ਕਿਆ ਪਾ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮਾਪਾ, ਸਤਿਗੁਰੂ ਦਾ ਪਾਇਆ ਸਹਿਜ ਸਿੱਧੀ ਮਨ ਬੱਜੀਆਂ ਵਧਾ, ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਾਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮੰਜਨੀ ਵਸਾ ਕਹਿ ਨਾਨਕ ਆਨੰਦ ਹੁਆ ਸਤਿਗੁਰੂ ਮਾਪਾ। ਜਿਹਨੇ ਸਤਿਗੁਰ ਪਾ ਲਿਆ ਉਹਨੂੰ ਹੋਰ ਕੀ ਚਾਹੀਦਾ। ਕਹਿੰਦਾ ਗੁਰਦਾਸ ਤੂੰ ਕੀ ਸੋਚਦਾ, ਸਾਨੂੰ ਤੇਰੀ ਖੁਆਇਸ਼ ਤਾਂ ਨਹੀਂ ਪਤਾ, ਜਿਹਨੂੰ ਇਹ ਤੇਰਾ ਪਤਾ ਹੈ ਕਿਹਨੇ ਗੱਡੀ 'ਚ ਕੀ ਰੱਖਿਆ, ਕਿੰਨੇ ਪਰੌਂਠੇ ਖਾਧੇ ਆ, ਕਿੰਨੇ ਪਏ ਹੈ, ਜਾਓ ਚੱਕ ਕੇ ਲਿਆਓ ਕਾਲਿਆ। ਅਸੀਂ ਸੋਚਿਆ ਜੀ ਤਾਂ ਖਾ ਗਏ, ਕੋਈ ਬਚਿਆ ਹੀ ਨਹੀਂ। ਉਹ ਕਿਤੇ ਤੇਜ਼ਪਾਲ ਹੁੰਦਾ ਸੀ, ਉਹ ਤੇਜ਼ਪਾਲ ਤੋਂ ਕਿਤੇ ਉੱਪਰ ਪੱਲਾ ਰਹਿ ਗਿਆ ਉਹਦੇ, ਉਹ ਬਚਿਆ ਰਹਿ ਗਿਆ ਉਹ। ਸਾਈਂ ਜੀ ਨੇ ਉਹ ਪਰੌਂਠਾ ਕਢਵਾ ਕੇ ਲਿਆਂਦਾ ਔਰ ਸਾਨੂੰ ਸਾਰਿਆਂ ਨੂੰ ਬੁਰਕੀ ਬੁਰਕੀ ਦਿੱਤੀ। ਬਾਬਿਓ ਜਿਹੜੇ ਬੁਰਕੀ ਚ ਰਜਾ ਦੇਣ ਉਹਨਾਂ ਰੱਜਿਆਂ ਨੂੰ ਕੀ ਰਜਾਈ, ਰੱਜਿਆਂ ਦਾ ਕੀ ਰੱਜਣਾ, ਤੂੰ ਬਾ ਯਾਰ ਬਣਾ ਨਹੀਂ ਵੱਜਣਾ।